ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਟ ਸਾਹਿਬ ਅਗਲੇ ਸ਼ੋਅ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਦੱਸ ਦਈਏ ਜੀ ਵਿਊਅਰਸ ਜੇ ਤੁਸੀਂ ਟੀ ਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 7:45 ਤੋਂ ਲੈ ਕੇ 9 ਵਜੇ ਤੱਕ ਹੈ ਥੈਂਕ ਯੂ ਸੋ ਮੱਚ ਕੀਪ ਵਾਚਿੰਗ ਟੀ ਵੀ 84 ਜੀ ਡਾਟ ਸਾਹਿਬ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਸੈਗਮੈਂਟ ਵਿੱਚ ਇਹ ਖਬਰ ਡਿਸਕਸ ਕੀਤੀ ਕਿ ਅਮਰੀਕੀ ਰਿਪੋਰਟ ਅਨੁਸਾਰ ਪਾਕਿਸਤਾਨ ਜੋ ਹੈਗਾ ਉਹ ਦੁਨੀਆ ਦੀ 5ਵੀਂ ਵੱਡੀ ਪਰਮਾਣੂ ਸ਼ਕਤੀ ਬਣ ਸਕਦਾ ਇਸ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ ਸਾਡੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਨੇ ਹੁਣ ਤੁਸੀਂ ਦੱਸ ਦਿਓ ਜੋ ਅਗਲਾ ਇਸ਼ੂ ਹੈ ਉਸ ਉੱਪਰ ਆਪਣੇ ਵਿਚਾਰ ਜੀ ਡਾਕਟਰ ਸਾਹਿਬ ਦੇਖੋ 2019 ਦੀਆਂ ਪਾਰਲੀਮੈਂਟ ਚੋਣਾਂ ਇਸ ਵੇਲੇ ਚਰਚਾ ਦਾ ਵਿਸ਼ਾ ਚਾਰ ਚੁਫੇਰੇ ਜੀ ਇੱਕ ਪਾਸੇ ਜਿੱਥੇ ਇਹ ਹੈ ਕਿ ਵੀ ਕਿਸ ਕਿਸਮ ਦੇ ਜਿਹੜੇ ਨੇ ਉਹ ਅਲਾਇੰਸ ਬਣਨਗੇ ਔਰ ਇਹ ਕੋਸ਼ਿਸ਼ ਹੈ ਹਿੰਦੂ ਹਾਰਟਲੈਂਡ ਦੇ ਵਿੱਚ ਕਾਊ ਬੈਲਟ 'ਚ ਕਿ ਉੱਥੇ ਜਿਹੜੀਆਂ ਪਾਰਟੀਆਂ ਜਿਨ੍ਹਾਂ ਦੀ ਵੋਟ ਆਪਸ ਦੇ ਵਿੱਚ ਕੱਟੀ ਗਈ ਜਿਹਦੇ ਕਰਕੇ 2014 'ਚ BJP ਨੇ ਕਲੀਨ ਸਵੀਪ ਕੀਤਾ ਖਾਸ ਤੌਰ 'ਤੇ ਸੋਸ਼ਲਿਸਟ ਪਾਰਟੀ ਔਰ ਬਹੁਜਨ ਸਮਾਜ ਪਾਰਟੀ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਰਾਸ਼ਟਰੀ ਜਨਤਾ ਦਲ ਔਰ ਦੂਸਰੇ ਗਰੁੱਪ ਸੋ ਇਹ ਇਕੱਠੇ ਹੋ ਰਹੇ ਨੇ ਕਾਂਗਰਸ ਵੀ ਇਸ ਦਾ ਹਿੱਸਾ ਬਣ ਰਹੀ ਹੈ ਔਰ ਦੂਜੇ ਪਾਸੇ ਇੱਕ ਕੰਸਰਨ ਪਿਛਲੇ ਦਿਨਾਂ 'ਚ ਚੀਫ ਇਲੈਕਸ਼ਨ ਕਮਿਸ਼ਨ ਦੇ ਨਾਲ ਸਾਰੀਆਂ ਹੀ ਪਾਰਟੀਆਂ ਦੀ ਜਿਹੜੇ ਆਗੂ ਸੀ ਵਿਰੋਧੀ ਪਾਰਟੀਆਂ ਖਾਸ ਕਰ ਉਹਨਾਂ ਦੀ ਮੀਟਿੰਗ ਹੋਈ ਔਰ ਉਹਨਾਂ ਨੇ ਆਪਣਾ ਇਹ ਕੰਸਰਨ ਜ਼ਾਹਰ ਕੀਤਾ ਕਿ ਜਿਹੜੀਆਂ EVM ਮਸ਼ੀਨਾਂ ਨੇ ਇਹਨਾਂ ਦੇ ਦੀ ਭਰੋਸੇਯੋਗਤਾ ਦੇ ਉੱਤੇ ਸਾਨੂੰ ਇਤਬਾਰ ਨਹੀਂ ਹੈ ਔਰ 2019 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਉਸ ਦੇ ਵਿੱਚ ਜਿਹੜਾ ਬੈਲਟ ਫਿਜ਼ੀਕਲੀ ਕਾਊਂਟ ਹੁੰਦਾ ਹੈ ਹੱਥਾਂ ਦੇ ਨਾਲ ਉਹਦਾ ਇਸਤੇਮਾਲ ਕੀਤਾ ਜਾਏ ਹਾਲਾਂਕਿ ਹੁਣ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਉਹ ਸੁਪਰੀਮ ਕੋਰਟ ਹੋਏ ਚੀਫ ਇਲੈਕਸ਼ਨ ਕਮਿਸ਼ਨਰ ਹੋਏ CBI ਨੂੰ ਤਾਂ ਈਵਨ ਜਿਹੜਾ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹ ਇਹਨਾਂ ਦੀ ਹੀ ਜਿਹੜੀ ਹੈ ਉਹ ਪਾਰਟੀ ਐਕਸਟੈਂਸ਼ਨ ਬਣੀ ਹੋਈ ਹੈ ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪਿਛਲੀਆਂ ਚੋਣਾਂ ਤੋਂ ਬਾਅਦ ਵੀ ਕੁਛ ਹਲਕਿਆਂ ਵੱਲੋਂ ਈਵਨ ਡੈਮੋਨਸਟ੍ਰੇਟ ਕਰਕੇ ਵੀ ਦੱਸਿਆ ਗਿਆ ਸੀ ਕਿ ਕਿਵੇਂ EVM ਮਸ਼ੀਨਾਂ ਜਿਹੜੀਆਂ ਨੇ ਉਹ ਇਸਤੇਮਾਲ ਕੀਤੀਆਂ ਗਈਆਂ ਉੱਧਰ ਵੋਟਾਂ ਵਧਾਉਣ ਦੇ ਲਈ ਪਰ ਉਹਨਾਂ ਦੀ ਆਪਣਾ ਉਹਨਾਂ ਨੇ ਇੰਨਾ ਕੁ ਮੀਡੀਆ 'ਤੇ ਵੀ ਕੰਟਰੋਲ ਕੀਤਾ ਹੋਇਆ ਔਰ ਹੋ ਹੱਲਾ ਇੰਨਾ ਜ਼ਿਆਦਾ ਹੁੰਦਾ ਵੀ ਉਸ ਨੂੰ ਕੋਈ ਬਹੁਤੀ ਵੇਟੇਜ ਨਹੀਂ ਦਿੱਤੀ ਗਈ ਸਾਨੂੰ ਵੀਰ ਬਾਜ ਸਿੰਘ ਹੋਰਾਂ ਨੇ ਇੱਕ ਆਰਟੀਕਲ ਭੇਜਿਆ ਫੇਸਬੁੱਕ 'ਤੇ ਔਰ ਉਹਦੇ 'ਚ ਇੱਕ RTI ਜਿਹਨੂੰ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਜਿਹੜੀ EVM ਮਸ਼ੀਨਾਂ ਬਾਰੇ ਉਹਨਾਂ ਦੀ ਭਰੋਸੇਯੋਗਤਾ ਜਾਂ ਭਰੋਸੇਮੰਦਤਾ ਦੇ ਉੱਤੇ ਸ਼ੱਕ ਵਾਲੀ ਗੱਲ ਸਾਹਮਣੇ ਆਉਂਦੀ ਹੈ ਔਰ ਇਸ ਦਾ ਹੈ ਕਿ RTI ਰਿਵੀਲਸ ਕੰਟਰਾਡਿਕਟਰੀ ਨੰਬਰਸ ਆਫ EVMs ਫਰੋਮ ਇਲੈਕਸ਼ਨ ਕਮਿਸ਼ਨ ਸਪਲਾਇਰਸ ਰੇਜ਼ ਕੁਐਸਚਨ ਮਾਰਕ ਔਨ ਪੋਲਸ ਹੁਣ ਜਿਹੜੇ RTI ਦੇ ਥੱਲੇ ਹਾਲਾਂ RTI ਦਾ ਵੀ ਕਾਫੀ ਇਹਨਾਂ ਨੇ ਖੁੰਡਾ ਕਰ ਦਿੱਤਾ ਅੱਗੋਂ ਵੀ ਕਰਨ ਨੂੰ ਫਿਰਦੇ ਨੇ ਲੇਕਿਨ ਫਿਰ ਵੀ ਕਿਉਂਕਿ ਹਰ ਚੀਜ਼ 'ਤੇ ਤੁਸੀਂ ਜਿੰਨਾ ਮਰਜ਼ੀ ਤੁਹਾਡਾ ਕੰਟਰੋਲਿੰਗ ਨੈਟਵਰਕ ਹੋਏ ਕਿਤੇ ਨਾ ਕਿਤੇ ਕੋਈ ਹੁੰਦਾ ਜਿੱਥੇ ਇੱਕ ਰੂਟੀਨ ਦੇ ਵਿੱਚ ਕੋਈ ਕਿਸੇ ਨੇ RTI ਦੀ ਅਰਜ਼ੀ ਪਾਈ ਉਹਨੂੰ ਜਾਣਕਾਰੀ ਮਿਲ ਗਈ ਉਹਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਜੀ ਜਿੰਨੀਆਂ EVM ਮਸ਼ੀਨਾਂ ਨੇ ਆਰਡਰ ਹੋਈਆਂ ਸਪਲਾਈ ਹੋਈਆਂ ਔਰ ਇੰਸਟਾਲ ਉਹਨਾਂ ਦੇ ਵਿੱਚ ਤਾਂ ਵੱਡੀ ਗਿਣਤੀ 'ਚ ਫਰਕ ਹੈ ਇਹਦਾ ਮਤਲਬ ਹੈ ਕੁਛ ਨਾ ਕੁਛ ਐਸਾ ਔਰ ਇਹ ਹੈ ਮੁੰਬਈ ਦੀ ਡੇਟਲਾਈਨ 'ਚ ਇਨਡਿਸਕ੍ਰਿਮੀਨੇਟ ਐਕੁਜੀਸ਼ਨ ਆਫ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ EVMs ਬਾਈ ਦਾ ਇਲੈਕਸ਼ਨ ਕਮਿਸ਼ਨ ਇਨ ਐਕਸਪਲੀਕੇਬਲ ਮਿਸਮੈਚ ਇਨ ਨੰਬਰਸ ਆਫ ਮਸ਼ੀਨਸ ਫਰੋਮ ਪ੍ਰੋਡਿਊਸਰਸ ਐਂਡ ਬਾਇਰਸ ਐਂਡ ਇਨਸਕਿਓਰ ਟਰਾਂਸਪੋਰਟੇਸ਼ਨ ਹੈਵ ਅਮਰਜਡ ਐਜ ਮੇਜਰ ਕੰਸਰਨ ਫਰੋਮ ਆਫੀਸ਼ੀਅਲ ਰਿਪਲਾਈਜ਼ ਟੂ ਰਾਈਟ ਟੂ ਇਨਫੋਰਮੇਸ਼ਨ ਕੁਐਰੀਜ਼ ਇਹ ਤਿੰਨ ਚੀਜ਼ਾਂ ਇਹਦੇ 'ਚ ਉਹਨਾਂ ਨੇ ਕਹੀਆਂ ਨੇ ਕਿ ਬਈ ਬਹੁਤ ਜ਼ਿਆਦਾ ਗਿਣਤੀ 'ਚ ਇਨਡਿਸਕ੍ਰਿਮੀਨੇਟ ਐਕੁਜੀਸ਼ਨ ਕੋਈ ਹਿਸਾਬ ਕਿਤਾਬ ਨਹੀਂ ਕਿੰਨੀਆਂ ਲੈ ਰਹੇ ਨੇ ਫਿਰ ਜਿਹੜਾ ਮਿਸਮੈਚ ਹੈ ਨੰਬਰ ਆਫ ਮਸ਼ੀਨਸ ਕਿੰਨੀਆਂ ਲਈਆਂ ਅਤੇ ਕਿੰਨੀਆਂ ਰਿਕਾਰਡ ਹੋਈਆਂ ਅਤੇ ਪ੍ਰੋਡਿਊਸਰ ਅਤੇ ਬਾਇਰ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਮੈਚ ਨਹੀਂ ਕਰਦੀ ਔਰ ਇਨਸਕਿਓਰ ਟਰਾਂਸਪੋਰਟੇਸ਼ਨ ਇੱਕ ਥਾਂ ਤੋਂ ਤੁਸੀਂ ਭਾਵੇਂ ਪਰਫੈਕਟ ਖਰੀਦੀਆਂ ਜੇ ਬੰਬੇ ਤੋਂ ਦਿੱਲੀ ਆਉਣਾ ਹੈ 400 ਜਾਂ 500 ਮੀਲ ਹੈ ਰਾਜ ਕਿੱਥੇ ਰੁਕਿਆ ਉਹਦੇ 'ਚ ਕੀ ਟੇਪਰਿੰਗ ਹੋਈ ਜਾਂ ਕੀ ਉਹਦੇ ਕੋਡ ਬਦਲੇ ਗਏ ਕੋਈ ਉਹਦਾ ਜਿਹੜਾ ਹੈ ਉਹਨਾਂ ਦਾ ਆਪਸੀ ਮੈਚ ਨਹੀਂ ਹੈ ਮੁੰਬਈ RTI ਐਕਟਿਵਿਸਟ ਮਨੋਰੰਜਨ ਐਸ ਰਾਏ ਹੂ ਪੇਨਸਟੇਕਿੰਗਲੀ ਪਰਸੂਡ ਦਾ ਮੈਟਰ ਫੋਰ ਨੀਅਰਲੀ ਅ ਈਅਰ ਸੈਡ ਦਾ RTI ਰਿਸਪੋਂਸਿਸ ਮੇ ਹੈਵ ਸਵੀਅਰ ਰਿਪਰਕਸ਼ਨ ਔਨ ਦਾ ਕੰਡਕਟ ਆਫ ਫਰੀ ਫੇਅਰ ਐਂਡ ਕ੍ਰੈਡੀਬਲ ਇਲੈਕਸ਼ਨ ਇਨ ਦਾ ਕੰਟਰੀ ਕਿ ਵੀ ਇਹ
ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੰਦਾ ਟਰਮਿੰਗ ਦਾ ਰੈਵਲੇਸ਼ਨ ਐਕਸਟ੍ਰੀਮਲੀ ਗਰੇਵ ਰੋਏ ਸੈਡ ਦ ਪੋਲ ਪੈਨਲ ਐਂਡ ਈ ਵੀ ਐਮ ਮੈਨੂਫੈਕਚਰਿੰਗ ਕੰਪਨੀਜ਼ ਨੀਡ ਟੂ ਬੀ ਆਸ ਟੂ ਐਕਸਪਲੇਨ ਦੀਜ ਡਿਸਕ੍ਰੀਪੈਂਸਿਸ ਐਜ ਇਟ ਇਫੈਕਟਸ ਦਾ ਵੈਰੀ ਫਾਊਂਡੇਸ਼ਨ ਆਫ ਦਾ ਇੰਡੀਅਨ ਡੈਮੋਕਰੇਸੀ ਐਂਡ ਇਟਸ ਇਲੈਕਸ਼ਨ ਸਿਸਟਮ ਹੁਣ ਜਿਹੜੀ ਉਹਨਾਂ ਨੇ ਕੁਛ ਸਬੂਤ ਦਿੱਤੇ ਨੇ ਯੂਜ਼ਡ ਇਨ ਇੰਡੀਆ ਸਿੰਸ 1989 ਦਾ ਈ ਵੀ ਐਮਸ ਕੰਪਰਾਈਜ਼ਿੰਗ ਏ ਬੈਲਟਿੰਗ ਯੂਨਿਟ ਐਂਡ ਕੰਟਰੋਲ ਯੂਨਿਟ BUCU ਐਂਡ ਰੀਸੈਂਟਲੀ ਵੋਟਰ ਵੈਰੀਫੀਏਬਲ ਪੇਪਰ ਆਡਿਟ ਟ੍ਰੇਲ ਆਰ ਕਰੰਟਲੀ ਮੈਨੂਫੈਕਚਰਡ ਬਾਈ ਓਨਲੀ 2 PSUs ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ ਇਨ ਹੈਦਰਾਬਾਦ ਐਂਡ ਭਾਰਤ ਇਲੈਕਟ੍ਰੋਨਿਕਲ ਲਿਮਿਟਡ ਇਨ ਬੈਂਗਲਾਰੂ ਇਹ ਦੋ ਕੰਪਨੀਆਂ ਨੇ ਜਿਹੜੀਆਂ ਉਹ ਦੋ ਚੀਜ਼ਾਂ ਉਹਨਾਂ ਨੂੰ ਐਕਸਕਲੂਸਿਵ ਰਾਈਟ ਉਹਨਾਂ ਦੇ ਕੋਲ ਹੀ ਨੇ ਜਿਹੜੇ ਉਹਨੂੰ ਕਰਦੇ ਨੇ ਰੋਇਜ਼ RTI ਕੁਐਰੀਜ਼ ਰਿਵੀਲਡ ਦੈਟ ਫਰੋਮ 1989-90 ਟਿਲ May 15, 2017 ਦਾ ਇਲੈਕਸ਼ਨ ਕਮਿਸ਼ਨ ਪ੍ਰੋਕਿਓਰਡ ਏ ਟੋਟਲ ਆਫ 100,562 BUs ਐਂਡ 928,049 CUs ਕਿ ਉਹਨਾਂ ਨੇ ਇੰਨੇ BU ਅਤੇ CU ਖਰੀਦੇ ਜਿਹੜਾ ਫਰੋਮ BEL ਪਲੱਸ ਐਨਦਰ 100,1464 ਐਨ RTI ਕੁਐਰੀ ਟੂ ਦਾ ਯੂਨੀਅਨ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਸ਼ੋਡ ਦੈਟ ਦਾ ਗਵਰਨਮੈਂਟ ਰਿਸੀਵਡ ਇੰਟੀਮੇਸ਼ਨ ਆਫ ਪਰਚੇਜ ਆਫ 1,395,306 ਕਿ ਇਹ ਔਰ ਉਹਦੇ 'ਚ ਮੈਂ ਹੁਣ ਫਿਗਰਸ ਕਿਉਂਕਿ ਸਾਹਮਣੇ ਜੇ ਤਾਂ ਸਕਰੀਨ 'ਤੇ ਹੋਏ ਤਾਂ ਅੰਦਾਜ਼ਾ ਹੋ ਜਾਂਦਾ ਪਰ ਇਸ ਸਾਰੇ ਦੇ ਵਿੱਚ ਜਿਹੜੇ ਔਰਡਰ ਕੀਤੇ ਗਏ ਔਰ ਜਿਹੜੀਆਂ ਖਰੀਦੀਆਂ ਗਈਆਂ ਔਰ ਜਿਹੜੀਆਂ ਨੇ ਉਹਨਾਂ 'ਚ ਬਹੁਤ ਜ਼ਿਆਦਾ ਫਰਕ ਹੈ ਉਹਨਾਂ ਦੀ ਗਿਣਤੀ 'ਚ ਇਹਦਾ ਮਤਲਬ ਹੈ ਕਿ ਵੀ ਅਕੋਰਡਿੰਗ ਟੂ ਰੋਏ ਅਗੇਂਸਟ ਦਾ ਫਿਗਰਸ ਪ੍ਰੋਵਾਈਡਡ ਬਾਈ ECO ਨੰਬਰਸ ਆਫ EVMs ਰਿਸੀਵਡ ਔਰ ਜਿਹੜਾ ਉਹਨਾਂ ਨੇ ਡਾਟਾ ਦਿੱਤਾ ਹੈ ਦੇ ਹੈਵ ਸਪਲਾਈਡ ਏ ਟਾਈਮ ਰੇਂਜਿੰਗ ਫਰੋਮ ਸੈਵਰਲ ਥਾਊਜ਼ੈਂਡ ਟੂ ਲੈਕਸ ਆਫ EVMs ਰੇਜ਼ਿੰਗ ਕੁਐਸਚਨਸ ਔਨ ਵੇਅਰ ਦ ਐਕਸੈਸ ਨੰਬਰ ਆਫ EVMs ਆਰ ਗੋਇੰਗ ਵਟ ਇਜ਼ ਬੀਂਗ ਡਨ ਵਿਦ ਦੈਮ ਉਹਨੇ ਕਿਹਾ ਵੀ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ EVMs ਵਾਧੂ ਨੇ ਜਿਹੜੀਆਂ ਇੰਸਟਾਲ ਨੇ ਔਰ ਦੂਜੀਆਂ ਨੇ ਉਹ ਕਿੱਥੇ ਨੇ ਜਾਂ ਉਹਨਾਂ ਦਾ ਉਹਨਾਂ ਨੂੰ ਕਿੱਥੇ ਵਰਤਿਆ ਜਾਣਾ ਰੋਏ ਸੇਜ ਆਲ ਦਿਸ ਇੰਡੀਕੇਟ ਸਮਥਿੰਗ ਵੈਰੀ ਸਸਪੀਸ਼ੀਅਸ ਇਜ਼ ਗੋਇੰਗ ਔਨ ਬਿਟਵੀਨ ਦੀਜ ਔਰਗਨਾਈਜੇਸ਼ਨ ਕਿ ਇਹ ਬਹੁਤ ਕੁਛ ਸ਼ੱਕੀ ਚੱਲ ਰਿਹਾ ਔਰ ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ ਸੋ ਜ਼ਾਹਰ ਹੈ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਔਰ ਇਹ ਸ਼ੁਰੂ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦੇ ਵਿੱਚ ਹੋਣ ਨਤੀਜੇ ਆਏ ਔਰ ਉਸ ਤੋਂ ਪਹਿਲਾਂ ਦੂਸਰੀਆਂ ਸਟੇਟਾਂ ਦੇ ਵੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੀ ਇਹ ਬਿਲਕੁਲ ਇਹਦੇ 'ਚ ਹੇਰਾਫੇਰੀ ਹੈ ਔਰ ਹੁਣ ਜਿਵੇਂ RTI ਐਕਟ ਦੇ ਥੱਲੇ ਜਾਣਕਾਰੀ ਹੈ ਸੋ ਇਹ ਗੱਲ ਨੂੰ ਹੋਰ ਵੀ ਸ਼ੱਕ ਦੇ ਦਾਇਰੇ 'ਚ ਲਿਆਂਦਾ ਔਰ ਗੱਲ ਅਸੀਂ ਜੁਡੀਸ਼ਰੀ ਔਰ ਦੂਸਰੇ ਦੀ ਕਰਦੇ ਹਾਂ ਹੁਣੇ ਹੀ ਇੱਕ ਆਰਟੀਕਲ ਜਿਹੜਾ IAS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਕਦੇ ਬ੍ਰਿਟਿਸ਼ ਪੀਰੀਅਡ 'ਚ ਇੰਡੀਅਨ ਸਿਵਲ ਸਰਵਿਸ ਸੀ ਔਰ ਇਹ ਇੱਕ ਆਰਟੀਕਲ ਜਿਹੜਾ ਅਪੀਅਰ ਹੋਇਆ IAS ਹੈਜ਼ ਨਾਓ ਬਿਕਮ ਏ ਕਸਟਮਰ ਸਰਵਿਸ ਪਲੀਜ਼ਿੰਗ ਪੋਲੀਟੀਸ਼ੀਅਨਸ ਐਂਡ ਬਿਜ਼ਨਸਮੈਨ ਇਹ ਜਿਹੜਾ ਲਿਖਣ ਵਾਲਾ ਹੈ ਖੁਦ 1984 ਦੇ ਬੈਚ ਦਾ IAS ਹੈ ਆਰਟੀਕਲ ਲੰਬਾ ਚੌੜ ਹੈ ਪਰ ਉਹਨਾਂ ਨੇ ਕਿਹਾ ਦਾ ਨਿਊ ਮੋਟੋ ਫਾਰ IAS ਸੀਮਸ ਟੂ ਬੀ ਕਸਟਮਰ ਨੋਟ ਦਾ ਕਾਂਸਟੀਟਿਊਸ਼ਨ ਇਜ਼ ਸੁਪਰੀਮ ਕਸਟਮਰ ਕੌਣ ਹੈ ਗੌਰਮੈਂਟ ਉਹਨਾਂ ਨੇ ਕਿਹਾ ਜੀ ਵੀ ਹੁਣ ਇੰਨਾ ਕੁ ਕਰਟੇਲ ਕਰ ਦਿੱਤਾ IAS ਨੂੰ ਕਿ ਉਹ ਤਾਂ ਸਿਰਫ ਜਿਹੜੇ ਉੱਤੇ ਬੈਠੇ ਉਹਨਾਂ ਦੇ ਆਕਾ ਨੇ ਉਹਨਾਂ ਨੂੰ ਪਲੀਜ਼ ਕਰਨ 'ਤੇ ਰਹਿੰਦੇ ਨੇ ਔਰ ਉਹਨਾਂ ਦੀ ਜਿਹੜੀ ਪ੍ਰਤੀਬੱਧਤਾ ਹੈ ਜਾਂ ਉਹਨਾਂ ਦੀ ਕਮਿਟਮੈਂਟ ਹੈ ਉਹ ਕੰਸਟੀਟਿਊਸ਼ਨ ਨਾਲ ਨਹੀਂ ਹੈ ਆਇਨ ਨਾਲ ਨਹੀਂ ਹੈ ਸੰਵਿਧਾਨ ਨਾਲ ਨਹੀਂ ਹੈ ਉਹ ਮਾਸਟਰਸ ਨਾਲ ਹੈ ਸੋ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਤੁਸੀਂ IAS ਨੂੰ ਹੁਣ ਤੁਸੀਂ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਨਾ ਕਹੋ ਇਹ ਜਿਹੜੀ ਹੈ ਇੰਡੀਅਨ ਕਸਟਮਰ ਸਰਵਿਸ ਬਣ ਗਈ ਹੈ ਜਿਹੜੀ ਕਿ ਸਿਰਫ ਆਪਣੇ ਆਕਾ ਨੂੰ ਪਲੀਜ਼ ਕਰਦੀ ਹੈ ਸੋ ਮੈਂ ਸਮਝਦਾ ਵੀ ਇਹ ਆਪਣੇ ਆਪ 'ਚ ਇੱਕ ਸਿਟਿੰਗ ਦਾ ਨਹੀਂ ਹੈ ਰਿਟਾਇਰਡ ਹੀ ਹੋਏਗਾ IAS ਆਫਿਸਰ ਵੱਲੋਂ ਇਹ ਕਹਿਣਾ ਕਿ ਭਾਈ ਇਹ ਬਿਲਕੁਲ ਆਪਣੇ ਆਕਾਵਾਂ ਨੂੰ ਹੀ ਪਲੀਜ਼ ਕਰਦੇ ਨੇ ਸਾਨੂੰ ਤਾਂ ਪਤਾ ਹੀ ਪਹਿਲਾਂ ਤੋਂ ਹੀ ਪਰ ਜਦੋਂ ਹੁਣ ਇਹ ਤੱਥ ਸਾਹਮਣੇ ਆ ਰਹੇ ਨੇ ਉਹ ਮਸ਼ੀਨਾਂ ਦੇ ਹੋਣ ਵੋਟਿੰਗ ਦੇ ਜਾਂ ਇਹਨਾਂ ਦੇ ਹੋਣ ਔਰ ਮੈਂ ਇੱਕ ਆਰਟੀਕਲ ਜਿਹੜਾ ਮਿਸਟਰ ਸਤੀਸ਼ ਸੀ ਐਕੰਟ ਨੇ ਲਿਖਿਆ ਨੈਸ਼ਨਲਿਜ਼ਮ ਹੁਣ ਬਹੁਤ ਵਾਰੀ ਇਹ ਰੌਲਾ ਹੁੰਦਾ ਇੰਡੀਅਨ ਨੈਸ਼ਨਲਿਜ਼ਮ ਭਾਰਤੀ ਪ੍ਰਾਚੀਨ ਸੱਭਿਅਤਾ ਔਰ ਅਸੀਂ ਇਹ ਅਤੇ ਅਸੀਂ ਉਹ ਇਹਦੇ ਔਰ ਬਹੁਤ ਵਾਰ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਬਹੁਤ ਕੁਛ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਅੱਜ ਹੈ ਉਹ ਮੁਗਲ ਪੀਰੀਅਡ ਦਾ ਜਿਸ ਦੇ ਵਿੱਚ ਜ਼ਮੀਨਾਂ ਦਾ ਕੋਈ ਟੋਡਰ ਮੱਲ ਨੇ ਕੀ ਦਿੱਤਾ
ਸ਼ੇਰ ਸ਼ਾਹ ਸੂਰੀ ਦੇ ਵੇਲੇ ਈਵਨ ਜਿਹੜੀ ਸੜਕ ਕਲਕੱਤਾ ਤੋਂ ਕਾਬੁਲ ਤੱਕ ਬ੍ਰਿਟਿਸ਼ ਪੀਰੀਅਡ 'ਚ ਸੀ, ਹੁਣ ਵਾਹਗਾ 'ਤੇ ਰੁਕ ਜਾਂਦੀ ਹੈ। ਸ਼ੇਰ ਸ਼ਾਹ ਸੂਰੀ ਮਾਰਗ ਜਿਹਨੂੰ ਕਹਿੰਦੇ ਨੇ, ਜੀ ਟੀ ਰੋਡ ਅੰਗਰੇਜ਼ ਕਹਿੰਦੇ ਸੀ, ਉਹ ਉਹਨਾਂ ਦੀ ਔਰ ਸਾਰਾ ਈਵਨ ਜਿਹੜਾ ਸਿਸਟਮ, ਫਿਰ ਬਹੁਤ ਕੁਛ ਬ੍ਰਿਟਿਸ਼ਰਜ਼ ਨੇ, ਬ੍ਰਿਟਿਸ਼ਰਜ਼ ਦਾ ਭਾਰਤ ਦੇ ਉੱਤੇ 200 ਸਾਲ ਦਾ ਰਾਜ, ਰੇਲਵੇ ਸਿਸਟਮ, ਬ੍ਰਿਜ, ਉਹਨਾਂ ਦੇ ਜ਼ਮਾਨੇ ਦੇ ਬਣੇ ਹੋਏ ਐਜੂਕੇਸ਼ਨ ਸਿਸਟਮ, ਕੋਰਟ ਸਿਸਟਮ, ਔਰ ਕੁੱਲ ਮਿਲਾ ਕੇ ਸਾਰੇ ਦਾ ਸਾਰਾ ਜੇ ਬ੍ਰਿਟਿਸ਼ ਕਲੋਨੀਅਲ ਪੀਰੀਅਡ ਨੂੰ ਵਿੱਚੋਂ ਕੱਢ ਲਓ ਤਾਂ ਇਹਨਾਂ ਦੇ ਪੱਲੇ ਕੀ ਰਹਿੰਦਾ। ਪਰ ਇਹ ਅਕਿਰਤ ਕਾਰਨ ਉਸ ਪੀਰੀਅਡ ਨੂੰ ਵੀ, ਬ੍ਰਿਟਨ ਨੂੰ ਵੀ, ਜਿਹਨੇ ਬਣਿਆ ਬਣਾਇਆ ਉਹਨਾਂ ਦੀ ਰਾਜਧਾਨੀ 'ਚ ਆ ਕੇ ਵੜ ਗਏ, ਜੀ ਇਹ ਪਾਰਲੀਮੈਂਟ ਹਾਊਸ ਹੈ, ਇਹ ਰਾਸ਼ਟਰਪਤੀ ਭਵਨ ਹੈ, ਇਹ ਫਲਾਣਾ, ਉਹਨਾਂ ਨੇ ਆਪਣੇ, ਤੁਸੀਂ ਨਵੀਂ ਦਿੱਲੀ ਦਾ ਸਾਰਾ ਡਿਜ਼ਾਈਨ ਦੇਖੋ, ਔਰ ਜਿਹੜੇ ਈਵਨ ਉਹਨਾਂ ਨੇ ਸ਼ੈਡ ਵੈਰ ਪਹਾੜ ਜਿਹਨਾਂ ਦੇ ਤਾਂ ਹੁਣ ਤੁਰੇ ਹੁੰਦੇ ਨੇ ਉੱਥੇ ਹਿਲ ਸਟੇਜ, ਉਹ ਮਸੂਰੀ ਹੋਏ, ਦੇਹਰਾਦੂਨ ਹੋਏ, ਧਰਮਸ਼ਾਲਾ ਹੋਏ, ਡਲਹੌਜ਼ੀ ਹੋਏ, ਸ਼ਿਮਲਾ ਹੋਏ, ਈਵਨ ਪਾਕਿਸਤਾਨ 'ਚ ਐਬਟਾਬਾਦ ਹੋਏ, ਮਰੇ ਹੋਏ, ਇਹ ਸਾਰੇ ਕਿਹਨੇ ਡਿਵੈਲਪ ਕੀਤੇ ਨੇ? ਸ਼ਹਿਰ ਆਮ ਤੋਂ ਜਿਹੜਾ ਖੜ੍ਹੇ ਕਰਕੇ ਉਹ ਬ੍ਰਿਟਿਸ਼ਰਸ ਦੀ ਦੇਣ ਹੈ। ਔਰ ਇਸ ਆਰਟੀਕਲ 'ਚ ਜਦੋਂ ਉਹਨੇ ਇਸ ਦਾ ਟਾਈਟਲ ਚੁਣਿਆ ਮਿਸਟਰ ਸਤੀਸ਼ ਨੇ, ਅਤੇ ਕਨਕੋਕਟਿੰਗ ਫੇਬਲਸ ਆਫ ਨੈਸ਼ਨਲਿਜ਼ਮ, ਇਹ ਜਿਹੜੀ ਇਹ ਕੌਮੀਅਤ ਹੈ ਔਰ ਰਾਸ਼ਟਰਵਾਦ ਹੈ, ਇਹਦੇ ਕਿਹੜੇ ਕਿਹੜੇ ਪੀਸ ਕਿਵੇਂ ਕਿਵੇਂ ਹੋਏ, ਔਰ ਮੈਂ ਸਾਰਾ ਤਾਂ ਨਹੀਂ ਪੜ੍ਹਾਂਗਾ। ਉਹਨੇ ਕਿਹਾ ਜੀ, ਈਚ ਈਅਰ ਔਨ ਅਗਸਟ 15 ਦੇਅਰ ਇਜ਼ ਐਨ ਆਊਟਪੋਰਿੰਗ ਆਫ ਐਂਥੂਜ਼ੀਆਜ਼ਮ, ਇਟ ਇਜ਼ ਟਾਈਮ ਟੂ ਬੈਨਿਸ਼ ਥਾਟਸ ਅਦਰ ਦੈਨ ਦੋਜ਼ ਇਵੋਕਡ ਬਾਈ ਨੈਸ਼ਨਲ ਐਂਥਮ, ਹਾਵਰ ਇਟ ਇਜ਼ ਆਲਸੋ ਏ ਮੂਮੈਂਟ ਆਫ ਡੀਪ ਰਿਫਲੈਕਸ਼ਨ, ਕਿ ਵੀ 15 ਅਗਸਤ ਨੂੰ ਸਾਰੇ ਜਿਹੜੇ ਨੇ ਬੜੇ ਦੇਸ਼ ਭਗਤ ਬਣੇ ਹੁੰਦੇ ਨੇ, ਨੈਸ਼ਨਲ ਐਂਥਮ ਪੜ੍ਹ ਰਹੇ ਹੁੰਦੇ ਨੇ, ਪਰ ਇਸ ਤੋਂ ਜ਼ਰਾ ਹਟ ਕੇ ਵੀ ਦੇਖੋ। ਇਟ ਇਜ਼ ਆਲਸੋ ਏ ਮੂਮੈਂਟ ਆਫ ਡੀਪ ਰਿਫਲੈਕਸ਼ਨ, ਆਪਣੇ ਆਪ 'ਤੇ ਜਿਹੜਾ ਇਸ ਨੂੰ ਕੇਂਦਰਿਤ ਕਰਨ ਦੀ ਵੀ ਲੋੜ ਹੈ। ਆਸਕ ਐਨੀ ਸਟੂਡੈਂਟ ਆਫ ਇੰਡੀਅਨ ਹਿਸਟਰੀ, ਹਾਊ ਮੈਨੀ ਬ੍ਰਿਟਿਸ਼ ਵਰ ਐਕਚੁਅਲੀ ਇਨ ਇੰਡੀਆ ਇਨ ਦਾ ਹੇ ਡੇਜ਼ ਆਫ ਕਲੋਨੀਅਲ ਰੂਲ, ਕਿਸੇ ਨੂੰ ਵੀ ਪੁੱਛੋ ਕਿ ਕਿੰਨੇ ਗੋਰੇ ਸੀ ਜਦੋਂ ਉਹਨਾਂ ਦਾ ਰਾਜ ਸੀ ਭਾਰਤ ਦੇ ਵਿੱਚ, ਯੂ ਆਰ ਲਾਈਕਲੀ ਟੂ ਡਰਾਅ ਏ ਬਲੈਂਕ, ਬਹੁਤਿਆਂ ਕੋਲ ਜਵਾਬ ਨਹੀਂ ਹੋਏਗਾ। ਦੀਜ਼ ਫਿਗਰਸ ਆਰ ਸੈਲਡਮ ਮੈਂਸ਼ਨਡ ਇਨ ਨੈਸ਼ਨਲਿਸਟ ਹਿਸਟੋਗ੍ਰਾਫੀ, ਦਾ ਰਿਮਾਰਕੇਬਲ ਥਿੰਗ ਅਬਾਊਟ ਦਾ ਬ੍ਰਿਟਿਸ਼ ਇਨ ਇੰਡੀਆ ਵਾਜ਼ ਦੈਟ ਦੇਰ ਵਰ ਸੋ ਫਿਊ ਆਫ ਦੈਮ ਐਂਡ ਦਾ ਨੰਬਰ ਬੀਂਗ ਐਮਬੈਰਸਿੰਗਲੀ ਸਮਾਲ ਦੈਟ ਦੇ ਆਰ ਡੈਲੀਬਰੇਟਲੀ ਕੈਪਟ ਆਊਟ ਆਫ ਸਾਈਟ। ਉਹਨੇ ਕਿਹਾ ਜੀ, ਇਹ ਤਾਂ ਸ਼ਰਮ ਨਾਲ ਮਰ ਜਾਣ ਇੰਡੀਆ ਦੇ ਲੋਕ ਜੇ ਇਹ ਸਾਹਮਣੇ ਆਇਆ ਕਿ ਕਿੰਨੇ ਲੋਕ ਕਿੰਨਿਆਂ ਦੇ ਉੱਤੇ ਹਕੂਮਤ ਕਰਦੇ ਸੀ, ਇਸ ਲਈ ਇਸ ਦਾ ਕਦੇ ਉਹ ਜ਼ਿਕਰ ਨਹੀਂ ਕਰਦੇ। ਦੇਅਰ ਵਰ ਪਰਹੈਪਸ ਮੋਰ ਦੈਨ 2000 ਇੰਡੀਅਨਸ ਟੂ ਈਚ ਇੰਗਲਿਸ਼ ਮੈਨ, ਕਿ ਇੱਕ ਅੰਗਰੇਜ਼ ਦੇ ਹਿੱਸੇ 2000 ਭਾਰਤੀ ਆਉਂਦੇ। ਕਹਿਣਾ ਉਹ ਇਹ ਚਾਹੁੰਦਾ ਹੈ ਕਿ 200 ਸਾਲ ਉਹ ਰਾਜ ਕਰਦੇ ਰਹੇ, ਜੇ 2000 ਬੰਦਾ ਜਿਹਨਾਂ ਕੋਲ ਕੁਛ ਵੀ ਨਾ ਹੋਏ ਉੱਠ ਕੇ ਅੱਜ ਨੂੰ ਬੇਗੁਨਾਹ ਮੁਸਲਮਾਨਾਂ, ਈਸਾਈਆਂ ਔਰ ਦੂਜਿਆਂ ਨੂੰ ਲਿੰਚ ਕਰ ਰਹੇ ਨੇ, ਇਹਨਾਂ ਦੀ ਬਹਾਦਰੀ ਉਦੋਂ ਕਿੱਥੇ ਸੀ? ਇਹ ਤਾਂ ਉਹਨਾਂ ਵਿਚਾਰੇ ਗਰੀਬਾਂ ਦੇ ਉੱਤੇ ਨੇ, ਉੱਥੇ ਤਾਂ ਪੂਰੇ ਉਹਨਾਂ ਦੇ ਫਰੰਬਰਦਾਰ ਬਣੇ ਹੋਏ ਸੀ। ਉਹਨਾਂ ਨੇ ਕਿਹਾ ਜੀ, 2000 ਦੇ ਨੂੰ ਇੱਕ ਅੰਗਰੇਜ਼ ਆਉਂਦਾ। ਈਵਨ ਦਾ ਇੰਡੀਅਨ ਸਿਵਲ ਸਰਵਿਸ ਹੈਡ ਓਨਲੀ 1000 ਆਫਿਸਰਸ ਇਨ ਆਲ, ਹਾਫ ਆਮ ਹੂਮ ਵਰ ਇੰਡੀਅਨ। ਹੁਣ ਸਿਵਲ ਸਰਵਿਸ ਦੀ ਜਦੋਂ ਗੱਲ ਕਰਦੇ ਨੇ, ਉਹ ਕਹਿੰਦੇ ਨੇ ਕਿ ਸਿਰਫ ਜਿਹੜੇ ਨੇ 1000 ਸੀ, ਔਰ ਜਿਹੜੇ ਬ੍ਰਿਟਿਸ਼ ਇੰਡੀਆ ਦੀ ਗੱਲ ਹੋ ਰਹੀ ਹੈ ਉਹਦੇ 'ਚ ਅੱਜ ਦਾ ਸਾਰਾ ਇੰਡੀਆ, ਸਾਰਾ ਪਾਕਿਸਤਾਨ, ਬੰਗਲਾਦੇਸ਼, ਬਰਮਾ, ਇਸ ਸਾਰੇ ਦੇ ਉੱਤੇ ਜਿਹੜਾ ਉਹ 1000 ਆਫਿਸਰਸ ਨੇ, ਜਿਵੇਂ ਅਸੀਂ IAS ਦੀ ਗੱਲ ਕਰਕੇ ਹਟੇ ਹਾਂ ਕਿ ਕਸਟਮਰ ਸਰਵਿਸ ਬਣ ਗਈ, ਇਹਨਾਂ ਦੇ ICS ਬਹੁਤ ਪਾਵਰਫੁਲ ਸੀ, ਔਰ ਅੱਧੇ ਹਿੰਦੁਸਤਾਨੀ ਸੀ ਜਿਹੜੇ ਬ੍ਰਿਟਿਸ਼ ਦੇ ICS ਸੀ ਉਸ ਪੀਰੀਅਡ 'ਚ। ਇਟ ਮੇਕਸ ਇੰਪੀਰੀਅਲਿਜ਼ਮ ਲੁੱਕ ਮੋਰ ਲਾਈਕ ਏ ਸ਼ਰਿਊ ਦੈਨ ਏ ਫਰਾਈਟਫੁਲ ਮੋਨਸਟਰ, ਕਿ ਵੀ ਜਿਵੇਂ ਅੱਜ ਬ੍ਰਿਟਿਸ਼ ਰਾਜ ਨੂੰ ਬਹੁਤ ਇੱਕ ਖਤਰਨਾਕ ਰਾਕਸ਼ਸ ਬਣਾ ਕੇ, ਮੋਨਸਟਰ ਬਣਾ ਕੇ ਪੇਸ਼ ਕੀਤਾ ਜਾਂਦਾ, ਫਿਰ ਇਹ ਸਮਝ ਆਉਂਦੀ ਵੀ 1000 ਆਫਿਸਰ 'ਚ ਅੱਧੇ ਤਾਂ ਇੰਡੀਅਨ ਨੇ। ਬਟ ਇਨ ਦਾ ਨੈਸ਼ਨਲਿਸਟ ਵਿਊ, ਦਾ ਅਰਜ ਫਾਰ ਫਰੀਡਮ ਐਂਡ ਦਾ ਇਨਡੋਮੀਟੇਬਲ ਵਿਲ ਬੀ ਆਫ ਦਾ ਇੰਡੀਅਨ ਪੀਪਲ ਫੌਟ ਅਗੇਂਸਟ ਦਾ ਮਾਈਟ ਆਫ ਮੋਨਸਟਰਸ ਬ੍ਰਿਟਿਸ਼ ਰਾਜ। ਪਰ ਜਿਹੜਾ ਇਤਿਹਾਸ 'ਚ ਦੂਜਾ ਕਾਰਨ ਹੈ, ਜਿਵੇਂ ਬੜੇ ਮੋਨਸਟਰ ਸੀ ਬ੍ਰਿਟਿਸ਼ ਔਰ ਇੰਡੀਅਨਸ ਆਪਣੀ ਫਰੀਡਮ ਦੇ ਲਈ ਬੜੇ ਲੜੇ, ਇਟ ਇਜ਼ ਲਾਰਜਲੀ ਟਰੂ ਦੈਟ ਬ੍ਰਿਟਿਸ਼ ਡੋਮੀਨੇਸ਼ਨ ਇਨ ਇੰਡੀਆ ਵਾਜ਼ ਸਕਿਓਰਡ ਬਾਈ ਏ ਕੰਪਰੇਡਰ ਨੇਟਿਵ ਐਲੀਤ, ਐਜ਼ ਗਾਂਧੀ ਅਬਜ਼ਰਵਡ ਇਨ 1905 ਇਨ ਹਿੰਦ ਸਵਰਾਜ, ਦਾ ਇੰਗਲਿਸ਼ ਹੈਵ ਨਾਟ ਟੇਕਨ ਇੰਡੀਆ, ਵੀ ਹੈਵ ਗਿਵਨ ਇਟ ਟੂ ਦੈਮ, ਦੇ ਆਰ ਨਾਟ ਇਨ ਇੰਡੀਆ ਬਿਕੋਜ਼ ਆਫ ਦੇਅਰ ਸਟਰੈਂਥ ਬਟ ਬਿਕੋਜ਼ ਵੀ ਕੀਪ ਦੈਮ। ਉਹਨੇ ਕਿਹਾ ਜੀ, ਉਹ ਕੋਈ ਆਪਣੀ ਤਾਕਤ ਦੇ ਬਲਬੂਤੇ ਥੋੜ੍ਹੀ ਆਏ, ਅਸੀਂ ਉਹਨਾਂ ਦੇ ਹਵਾਲੇ ਕੀਤਾ, ਔਰ ਉਹ ਇਸ ਲਈ ਉਹ ਇੱਥੇ ਨੇ ਵੀ ਅਸੀਂ ਚਾਹੁੰਦੇ। ਹੀ ਬਿਲੀਵ ਦੈਟ ਨੋ ਆਈਡੀਓਲੋਜੀ ਲੈਜੀਟੀਮਾਈਜ਼ਿੰਗ ਸੁਪੀਰੀਅਰ ਇਨਫੀਰੀਅਰ ਰਿਲੇਸ਼ਨਸ ਇਜ਼ ਵਰਥ ਇਟ ਸਾਰਟ ਅਨਲੈਸ ਇਟ ਵਿਨਸ ਏ ਲੀਸਟ ਗ੍ਰਜਿੰਗ ਅਸੈਂਟ ਇਨ ਦਾ ਮਾਇੰਡਸ ਆਫ ਦਾ ਡੋਮੀਨੇਟਿਡ। ਇਟ ਫੀਲਸ ਔਕਵਰਡ ਟੂ ਐਡਮਿਟ
that British rule was made possible by Indian collaboration. Otherwise, how could the British sustain their power if not without Indian complicity? Unhone kaha ji, Bhartiyan to bina oh kivein itthe reh gaye, bhi ye sare naal rale hoye si, that is how they were here, otherwise koi nahi. Isn't it a fact that the civilizing mission aimed at legitimizing colonial rule was endorsed and embraced by the Indian elite? Those who supported the Raj included government personnel, princes, businessmen, landlords and several political leaders. ਇਹ ਸਾਰੇ ਹੀ ਬਿਜ਼ਨਸਮੈਨ ਪ੍ਰਿੰਸ 570 ਬਾਦਸ਼ਾਹ ਉਹ ਸਾਰੇ ਹੀ ਜਿਹੜੇ ਨੇ ਉਹਨਾਂ ਦੇ ਹਮਾਇਤ ਵਾਲੇ ਸੀ ਦੈਟ ਇੰਡੀਪੈਂਡੈਂਸ ਵਾਸ ਅਚੀਵਡ ਐਜ਼ ਦਾ ਰਿਜ਼ਲਟ ਆਫ ਇੰਡੀਆਜ਼ ਡਿਟਰਮਿਨਡ ਫਾਈਟ ਫਾਰ ਫਰੀਡਮ ਇਜ਼ ਓਨਲੀ ਵਨ ਪਾਰਟ ਆਫ ਦਾ ਸਟੋਰੀ ਇਹ ਕਹੋ ਜੀ ਭਾਰਤੀਆਂ ਨੇ ਆਜ਼ਾਦੀ ਜਿੱਤੀ ਕਹਿੰਦਾ ਇਹ ਕਹਾਣੀ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ ਦੇਅਰ ਹੈਜ਼ ਬੀਨ ਅ ਟੈਂਡੈਂਸੀ ਟੂ ਡੈਪਿਕਟ ਦਾ ਸਟੋਰੀ ਆਫ ਦਾ ਕਾਂਗਰਸ ਐਂਡ ਦਾ ਰਾਜ ਪ੍ਰੀਡੋਮੀਨੈਂਟਲੀ ਐਜ਼ ਵਨ ਆਫ ਆਲ ਆਊਟ ਕਨਫਲਿਕਟ After 1947, nationalists projected themselves as implacable opponents of imperialism. This view, however, glosses over some inconvenient facts. ਕਿ 47 ਤੋਂ ਬਾਅਦ ਇਹ ਜਿਹੜੇ ਨੈਸ਼ਨਲਿਸਟ ਬਣੇ ਹੋਏ ਨੇ ਇਹ ਲੱਗਦਾ ਜੀ ਇਹ ਜਿਵੇਂ ਬ੍ਰਿਟਿਸ਼ ਦੇ ਖਿਲਾਫ਼ ਕਹਿੰਦੇ ਇਹ ਗੱਲ ਨਹੀਂ ਹੈ ਇਹ ਸਾਰੇ ਹੀ ਰਲੇ ਹੋਏ ਸੀ ਕੰਪਲੀਸਿਟ ਸੀ ਫੋਰ ਐਗਜ਼ਾਮਪਲ ਦਾ ਅਰਲੀ ਸੈਸ਼ਨਸ ਆਫ ਕਾਂਗਰਸ ਵਰ ਵੋਕਲ ਇਨ ਦੇਅਰ ਪ੍ਰੋਫੈਸ਼ਨਸ ਆਫ ਲੋਇਲਟੀ ਟੂ ਕੁਈਨ ਵਿਕਟੋਰੀਆ Moderate nationalism didn't question the British presence in India. Dada Bhai Nauroji, one of the grand old men of Indian politics, called his book Poverty and Un-British Rule in India, which decried the drain of wealth from India to British. Yet, despite the criticism he leveled against the rulers, the word British carried connotations of justice and fair play. Unhone kaha ji, sari Congress de session, Dada Bhai Nauroji, ਕਿਤਾਬ 'ਚ ਭਾਵੇਂ ਕਹੋ ਜੀ ਇੱਥੋਂ ਦੇ ਰੀਸੋਰਸ ਉੱਥੇ ਜਾਂਦੇ ਨੇ ਪਰ ਇਹ ਕਹਿਣਾ ਕਿ ਜੀ ਬ੍ਰਿਟਿਸ਼ ਬਿਲਕੁਲ ਫੇਅਰ ਨੇ ਔਰ ਉਹਨਾਂ ਨੇ ਇੱਥੇ ਸਾਨੂੰ ਨਿਆਂ ਦਾ ਸਿਸਟਮ ਦਿੱਤਾ ਇਨਡੀਡ ਦੇਅਰ ਵਰ ਟਾਈਮਸ ਵੈਨ ਨੈਸ਼ਨਲਿਸਟ ਲੀਡਰਸ ਐਂਡ ਬ੍ਰਿਟਿਸ਼ ਆਫੀਸ਼ਲਸ ਵਰਕ ਟੁਗੈਦਰ ਐਜ਼ ਇਨ ਦਾ ਪ੍ਰੋਵਿੰਸ਼ੀਅਲ ਕਾਂਗਰਸ ਮਿਨਿਸਟਰੀਜ਼ ਫੰਕਸ਼ਨਿੰਗ ਫੋਰ 2 ਈਅਰਸ ਬਿਟਵੀਨ 1937 ਐਂਡ 1939 ਰਲ ਕੇ ਰਾਜ ਕਰਦੇ ਸੀ 1937 ਤੋਂ 1939 ਤੱਕ ਵੀ ਟੁਗੈਦਰ ਦੀਜ ਇਵੈਂਟਸ ਗੈਟ ਲਿਟਲ ਮੈਂਸ਼ਨ ਇਨ ਨੈਸ਼ਨਲ ਨੈਰੇਟਿਵਸ ਇਹਨਾਂ ਦਾ ਜ਼ਿਕਰ ਨਹੀਂ ਹੁੰਦਾ ਉਹ ਇਵੇਂ ਹੀ ਹੈ ਕਿ ਜੀ ਬਿਲਕੁਲ ਅਸੀਂ ਜਿਵੇਂ ਆਜ਼ਾਦੀ ਲਈ ਹੈ ਲੜ ਕੇ ਲਈ ਹੈ ਦੇਅਰ ਹੈਜ਼ ਆਲਸੋ ਬੀਨ ਐਨ ਅਟੈਂਪਟ ਟੂ ਮਿਨੀਮਾਈਜ਼ ਦਾ ਏਲੀਅਨ ਇਨਫਲੂਐਂਸਿਸ ਔਨ ਇੰਡੀਅਨ ਨੈਸ਼ਨਲਿਜ਼ਮ ਨੈਸ਼ਨਲਿਜ਼ਮ ਇਜ਼ ਸੀਨ ਐਜ਼ ਇਫ ਇਟ ਸਪਰੈਂਗ ਸੋਲਲੀ ਫਰੋਮ ਕੰਡੀਸ਼ਨਸ ਵਿਦ ਇਨ ਇੰਡੀਆ ਦੈਨ ਫਰੋਮ ਆਈਡੀਆਜ਼ ਇੰਪੋਰਟਡ ਫਰੋਮ ਯੂਰਪ ਕਹਿੰਦਾ ਨੈਸ਼ਨਲਿਜ਼ਮ ਆਈਡੀਆ ਤੁਸੀਂ ਯੂਰਪ ਤੋਂ ਲਿਆਂਦਾ ਜੇ ਗਾਂਧੀ ਨਹਿਰੂ ਪਟੇਲ ਉੱਥੇ ਜਾ ਕੇ ਨਾ ਪੜ੍ਹੇ ਹੁੰਦੇ ਤੁਹਾਡੇ 'ਚ ਕਿਹੜਾ ਨੈਸ਼ਨਲਿਜ਼ਮ ਦਾ ਸੀ ਜਿਹੜਾ ਤੁਹਾਡੇ ਨੇਟਿਵ 'ਚ ਪੈਦਾ ਹੋਇਆ ਵਨ ਨੀਡਸ ਟੂ ਅੰਡਰਲਾਈਨ ਦੈਟ ਵਾਇਲ ਇੰਡੀਅਨ ਰਿਐਲਿਟੀ ਵਾਜ਼ ਫਾਰਮੇਟਿਵ ਫਾਰ ਇੰਡੀਅਨ ਪੋਲੀਟੀਸ਼ੀਅਨਸ ਸੋ ਵਾਜ਼ ਬ੍ਰਿਟਿਸ਼ ਆਈਡੀਓਲੋਜੀ ਆਫਟਰ ਆਲ ਗਾਂਧੀ ਨਹਿਰੂ ਪਟੇਲ ਵਰ ਆਲ ਪਾਰਟਲੀ ਪ੍ਰੋਡਕਟਸ ਆਫ ਦਾ ਸਟੱਡੀ ਆਫ ਵੈਸਟਰਨ ਲਿਬਰਲ ਆਈਡੀਆਜ਼ ਆਫ ਇੰਗਲੈਂਡ ਇੰਪੀਰੀਅਲਿਜ਼ਮ ਸੌਟ ਟੂ ਡੈਪਿਕਟ ਦਾ ਬ੍ਰਿਟਿਸ਼ ਡਿਪਾਰਚਰ ਐਜ਼ ਵੋਲੰਟਰੀ ਵਾਇਲ ਨੈਸ਼ਨਲਿਜ਼ਮ ਸੌਟ ਟੂ ਡੈਪਿਕਟ ਇਟ ਐਜ਼ ਏ ਐਫਿਕਸ਼ਨ ਹੁਣ ਕਿਹਾ ਜੀ ਜਦੋਂ ਤੁਸੀਂ ਬ੍ਰਿਟਿਸ਼ ਦੇਖੋ ਉਹਨਾਂ ਨੇ ਤਾਂ ਵੋਲੰਟਰਲੀ ਛੱਡਿਆ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੈਕਿੰਡ ਵਰਲਡ ਵਾਰ ਦੇ ਵਿੱਚ ਇੰਨੇ ਕੁ ਕਰਜ਼ਾਈ ਹੋ ਗਏ ਕਿ ਉਸ ਤੋਂ ਬਾਅਦ ਉਹ ਹੋਲਡ ਕਰ ਹੀ ਨਹੀਂ ਸੀ ਸਕਦੇ ਇਕੱਲਾ ਇੰਡੀਆ ਨਹੀਂ ਅਗਲੇ 10-12 ਸਾਲਾਂ 'ਚ 60 ਮੁਲਕ ਜਿਹੜੇ ਨੇ ਉਹਨਾਂ ਨੇ ਜਿਹੜਾ ਅੱਜ ਵੀ ਕਾਮਨਵੈਲਥ ਦੀਆਂ ਖੇਡਾਂ ਇਕੱਠੇ ਖੇਡਦੇ ਨੇ ਇਹ ਉਹੀ ਨੇ ਜਿਹੜੇ ਬ੍ਰਿਟਿਸ਼ ਨੇ ਵੋਲੰਟਰਲੀ ਛੱਡੇ ਨੇ ਹੁਣ ਤੁਸੀਂ ਕਹੋ ਜੀ ਅਸੀਂ ਬ੍ਰਿਟਿਸ਼ ਦਾ ਬਿਸਤਰਾ ਗੋਲ ਕਰਤਾ ਅਸੀਂ ਉਹਨਾਂ ਨੂੰ ਦੜਾ 47 'ਚ ਮਿਲੀਅਨਸ ਦੋਨੋਂ ਪਾਸੇ ਮਰੇ ਬੇਘਰੇ ਹੋਏ ਇੱਕ ਵੀ ਗੋਰੇ ਦੇ ਕੋਈ ਚਪੇੜ ਨਹੀਂ ਵੱਜੀ ਜੇ ਐਡਾ ਹੀ ਤੁਹਾਡਾ ਨੈਸ਼ਨਲਿਜ਼ਮ ਅਤੇ ਤੁਸੀਂ ਤਾਕਤ ਦੇ ਜ਼ੋਰ ਨਾਲ ਕੀਤਾ ਤਾਂ ਗੋਰੇ ਨਿਕਲ ਕਿਵੇਂ ਗਏ ਉੱਥੋਂ ਕਿਸੇ ਦਾ ਕੋਈ ਉਹਨਾਂ ਨੇ ਐਂਡ ਟੂ ਦਾ ਲਾਸਟ ਮੈਨ ਬਿਲਕੁਲ ਪੀਸਫੁਲ ਉਹਨਾਂ ਨੇ ਆਪਣੇ ਆਪ ਨੂੰ ਸੇਫ ਰੱਖਿਆ ਫਿਰ ਉਹਨਾਂ ਕਹਿੰਦਾ ਓਨਲੀ ਆਲ ਆਊਟ ਅਟੈਂਪਟ ਟੂ ਡੂ ਸੋ ਵਾਜ਼ ਮੇਡ ਇਨ ਅਗਸਟ 1942 ਇਟ ਵਾਜ਼ ਵਿਦ ਕੁਇਟ ਇੰਡੀਆ ਮੂਵਮੈਂਟ ਦੈਟ ਦਾ ਇੰਡੀਅਨ ਨੈਸ਼ਨਲ ਕਾਂਗਰਸ ਮੇਡ ਇਟਸ ਮੋਸਟ ਡਿਟਰਮਿਨਡ ਐਫਰਟ ਟੂ ਥਰੋ ਦਾ ਬ੍ਰਿਟਿਸ਼ ਆਊਟ ਯੈਟ The slogan quit India is charged with more passion than what the events entailed. The British didn't flee. Instead, they crushed the main force of movement in about 3 weeks and reasserted imperial authority. ਕਹਿੰਦੇ ਜੀ ਬੜਾ ਅੰਗਰੇਜ਼ ਉਹ ਭਾਰਤ ਛੋੜੋ ਗਾਂਧੀ ਨੇ ਸ਼ੁਰੂ ਕੀਤਾ ਉਹਨੇ ਕਿਹਾ 3 ਹਫ਼ਤਿਆਂ ਦੇ ਵਿੱਚ ਬ੍ਰਿਟਿਸ਼ ਨੇ ਉਹਨੂੰ ਕਰਸ਼ ਕਰਤਾ ਉਹਨੂੰ ਅੱਜ ਭਾਵੇਂ ਪੈਸ਼ਨੇਟਲੀ ਕਹੀ ਜਾਓ ਕਿ ਜੀ ਅਸੀਂ ਇਹ ਕੀਤਾ ਔਰ ਇਹ ਇਹਨੇ ਕੋਟ ਨਹੀਂ ਕੀਤਾ ਵੀ ਸਾਰੇ ਭਾਰਤ ਦੇ ਵਿੱਚ ਇਹਨਾਂ 3 ਹਫ਼ਤਿਆਂ 'ਚ 30,000 ਬੰਦਾ ਜਿਹੜਾ ਹੈ ਉਹ ਅਰੈਸਟ ਹੋਇਆ ਉਹ ਵੀ ਵੋਲੰਟਰੀਲੀ ਨਹੀਂ ਜਿਹਨਾਂ ਨੂੰ ਫੜ ਕੇ ਉਹਨਾਂ ਨੇ ਅੰਦਰ ਦਿੱਤਾ ਇਹ ਗਾਂਧੀ ਦੀ ਪਾਪੂਲੈਰਿਟੀ ਸੀ ਇਹ ਇਹਨਾਂ ਦਾ ਨੈਸ਼ਨਲਿਜ਼ਮ ਸੀ ਇਕੱਲਾ ਧਰਮਯੁੱਧ ਮੋਰਚਾ ਜਿਹੜਾ ਸਿੱਖਾਂ ਨੇ ਲਾਇਆ ਅਨੰਦਪੁਰ ਦੇ ਮਦੇ ਦੀ ਪ੍ਰਾਪਤੀ ਲਈ ਛੋਟੀ ਜਿਹੀ 2 ਲੱਖ ਬੰਦਾ ਅਸੀਂ 1982 ਤੋਂ 1984 ਤੱਕ ਗ੍ਰਿਫਤਾਰੀ ਲਈ ਦਿੱਤਾ ਔਰ ਇਹ ਐਡਾ ਨੈਸ਼ਨਲਿਸਟ ਅਤੇ ਇੰਨਾ ਇਹ
ਫਰੀਡਮ ਲਵਰ ਸੀਗੇ ਕਿ 30,000 ਬੰਦਾ ਪੂਰੇ ਗਾਂਧੀ ਦੀ ਉਸ ਮੂਵਮੈਂਟ 'ਚ ਜਿਹੜਾ ਉਹ ਭਾਰਤ ਭਰ 'ਚ ਹੁੰਦਾ ਉਹਨੇ ਕਿਹਾ ਇਹ ਇਹ ਬਿਲਕੁਲ ਫੇਲ ਕੰਮ ਸੀ ਆਲਦੋ ਗਲੋਰੀਫਾਈਡ ਲੇਟਰ ਵਿਦ ਮੱਚ ਫੈਨਫੇਅਰ ਦਾ 1942 ਕੁਇਟ ਇੰਡੀਆ ਮੂਵਮੈਂਟ ਵਾਜ਼ ਏ ਫੇਲਿਓਰ ਇਨ ਟਰਮਸ ਆਫ ਇਟਸ ਓਨ ਸਟੇਟਡ ਓਬਜੈਕਟਿਵ ਐਂਡ ਲੈਫਟ ਦਾ ਕਾਂਗਰਸ ਲੀਡਰਸ ਲੋਕਡ ਅਪ ਇਨ ਜੇਲ ਫਾਰ 3 ਈਅਰਸ 3 ਸਾਲ ਉਹਨਾਂ ਨੇ ਡੱਕ ਛੱਡੇ ਜਦੋਂ ਤੱਕ ਸੈਕਿੰਡ ਵਰਲਡ ਵਾਰ ਖਤਮ ਨਹੀਂ ਹੋਇਆ ਔਰ ਇਹ 1942 'ਚ ਮੂਵਮੈਂਟ ਸ਼ੁਰੂ ਹੋਈ ਕਿਸੇ ਨੇ ਕੋਈ ਜਿਹੜਾ ਉਹ ਵਿਦਰੋਹ ਨਹੀਂ ਕੀਤਾ ਮਾਰਕ ਦਾ ਟਾਈਮਿੰਗ ਆਫ ਇੰਡੀਪੈਂਡੈਂਸ 1947 ਨੋਟ 1942 ਕਿ ਜੇ ਇੱਡਾ ਹੀ ਸੀ ਦੇਸ਼ 'ਚ ਅਤੇ ਕੁਇਟ ਇੰਡੀਆ ਮੂਵਮੈਂਟ ਤਾਂ 1942 ਸ਼ੁਰੂ ਹੋਈ ਅਤੇ ਆਜ਼ਾਦੀ 1947 'ਚ ਕਿਵੇਂ ਆਈ ਸੋ ਜ਼ਾਹਰ ਹੈ ਵੀ ਉਹਨਾਂ ਨੇ ਵਲੰਟੈਰਲੀ ਵਰਲਡ ਵਾਰ ਐਂਡ ਕੀਤਾ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਲਾਇਆ ਕਿ ਭਾਈ ਕਰਜ਼ਾਈ ਕਾਫੀ ਖਰਚੇ ਨੇ ਇਹਨਾਂ ਨੂੰ ਹੁਣ ਹੋਲਡ ਨਹੀਂ ਕਰ ਸਕਦੇ ਇਨਡੀਡ ਇਫ ਇੰਡੀਪੈਂਡੈਂਸ ਹੈਡ ਕਮ ਇਨ 1942 ਇਨਸਟੈਡ ਆਫ 1947 ਦਾ ਟਾਸਕ ਆਫ ਨੈਸ਼ਨਲ ਹਿਸਟਰੀ ਵੁੱਡ ਹੈਵ ਬਿਨ ਸਿੰਪਲਰ ਐਂਡ ਇਟਸ ਫੇਬਲਸ ਮੋਰ ਕਨਵਿੰਸਿੰਗ ਉਹਨੂੰ ਕਿਹਾ ਜੀ ਜੇ 1942 'ਚ ਗੋਰੇ ਚਲੇ ਜਾਂਦੇ ਫਿਰ ਤੁਸੀਂ ਕਹਿ ਸਕਦੇ ਸੀ ਕਿ ਜੀ ਅਸੀਂ ਇਹ ਨੈਸ਼ਨਲਿਜ਼ਮ ਦੇ ਨਾਂ ਦੇ ਨਾਲ ਜਿਹੜੀ ਆ ਆਜ਼ਾਦੀ ਲਈ ਫਿਰ ਉਹਨਾਂ ਨੇ ਕਿਹਾ ਅਨਦਰ ਇੰਪ੍ਰੈਸ਼ਨ ਸੌਟ ਟੂ ਬੀ ਕ੍ਰੀਏਟਡ ਇਜ਼ ਦੈਟ 1947 ਮਾਰਕਸ ਏ ਨਿਊ ਬਿਗਨਿੰਗ ਕਿ ਜੀ ਇੱਕ ਨਵੀਂ ਆਜ਼ਾਦੀ ਦਾ ਦੌਰ ਸ਼ੁਰੂ ਹੋਇਆ ਇਟ ਵਾਜ਼ ਦਾ ਈਅਰ ਵੈਨ ਇੰਡੀਆ ਮੇਡ ਏ ਫਰੈਸ਼ ਸਟਾਰਟ ਦਾ ਨੇਚਰ ਆਫ ਸਟੇਟ ਪਾਵਰ ਬਿਫੋਰ ਦੈਟ ਇਜ਼ ਹੈਲਡ ਟੂ ਬੀ ਡਿਫਰੈਂਟ ਫਰੋਮ ਦਾ ਨੇਚਰ ਆਫ ਦਾ ਸਟੇਟ ਪਾਵਰ ਆਫਟਰ ਇਟ ਐਨ ਏਲੀਅਨ ਸਟੇਟ ਬਿਕੇਮ ਇੰਡੀਜਨਸ ਏ ਰੈਗੂਲੇਟਰੀ ਸਟੇਟ ਬਿਕੇਮ ਏ ਡਿਵੈਲਪਮੈਂਟਲ ਵਨ ਐਂਡ ਐਨ ਐਕਸਪਲੋਇਟ ਅਨ ਐਂਡ ਐਨ ਐਕਸਪਲੋਇਟੇਟਿਵ ਐਂਡ ਅਨਜਸਟ ਸਟੇਟ ਬਿਕੇਮ ਏ ਵੈਲਫੇਅਰ ਸਟੇਟ ਏ ਸਡਨ ਮੈਟਾਮੋਰਫਸਿਸ ਟੁੱਕ ਪਲੇਸ ਇਨ ਅਗਸਟ 1947 ਐਜ ਇਫ ਮੈਜਿਕ ਵੈਂਡ ਹੈਡ ਬਿਨ ਵੇਵਡ ਉਹਨਾਂ ਨੇ ਕਿਹਾ ਜੀ ਇਹ ਇਵੇਂ ਪ੍ਰੈਜੈਂਟ ਕਰਦੇ ਨੇ ਜਿਵੇਂ ਇੱਕ ਗੁਲਾਮੀ ਖਤਮ ਹੋਈ ਅਸੀਂ ਇੱਕ ਜਾਦੂ ਦੀ ਛੜੀ ਨਾਲ ਘੁਮਾਇਆ ਇੱਕ ਨਵਾਂ ਇੰਡੀਆ ਨਿਕਲ ਆਇਆ ਦਾ ਰਿਐਲਿਟੀ ਇਜ਼ ਦੈਟ ਪੋਸਟ ਇੰਡੀਪੈਂਡੈਂਸ ਦਾ ਸਿਸਟਮਸ ਆਫ ਗਵਰਨੈਂਸ ਰਿਮੇਨ ਮੱਚ ਦਾ ਸੇਮ ਐਂਡ ਪ੍ਰੈਕਟੀਕਲੀ ਇਟ ਵਾਜ਼ ਬਿਜ਼ਨਸ ਐਜ ਯੂਜੂਅਲ ਆਮ ਦੀ ਤਰ੍ਹਾਂ ਹੀ ਸੀ ਔਰ ਉਹੀ ਸਿਸਟਮ ਅੰਗਰੇਜ਼ਾਂ ਦੇ ਅੱਜ ਵੀ 72 ਸਾਲ ਬਾਅਦ ਉਹੀ ਦੇਸ਼ ਧਰੋਹ ਐਕਟ ਸੈਡੀਸ਼ਨ ਐਕਟ ਜਿਹੜਾ ਅੰਗਰੇਜ਼ ਤਾਂ ਗੈਰ ਮੁਲਕੀ ਸੀ ਉਹਨਾਂ ਨੇ ਨੇਟਿਵਸ ਨੂੰ ਕਾਬੂ ਕਰਨ ਲਈ ਕਿ ਜੇ ਤੁਸੀਂ ਜ਼ਿੰਦਾਬਾਦ ਵੀ ਕਹੋ ਆਜ਼ਾਦੀ ਤਾਂ ਤੁਸੀਂ ਦੇਸ਼ ਧਰੋਹੀ ਹੋ ਅਤੇ ਅੱਜ ਇਹ ਤਾਂ ਉਹਨਾਂ 72 ਸਾਲਾਂ 'ਚ ਦੇਸ਼ ਧਰੋਹ ਦਾ ਐਕਟ ਵੀ ਇਹਨਾਂ ਨੇ ਖਤਮ ਕੀਤੇ ਉਹੀ ਤੁਸੀਂ ਪੋਸਟਲ ਸੈਂਸਰਸ਼ਿਪ ਐਕਟ ਹੋਣ 1872 ਦੇ ਜੇਲ੍ਹ ਮੈਨੂਅਲ ਐਕਟ 1855 ਦੇ ਕਿਹੜਾ ਨਵਾਂ ਭਾਰਤ ਔਰ ਕਿਹੜੀ ਆਜ਼ਾਦੀ ਔਰ ਕਿਹੜਾ ਔਰ ਇਹਨੇ ਬਿਲਕੁਲ ਹਾਲਾਂ ਇਹ ਵੀ ਨੈਸ਼ਨਲਿਸਟ ਹੋਏਗਾ ਲੇਕਿਨ ਉਹਨੇ ਘੱਟੋ ਘੱਟ ਇੱਕ ਹਿਸਟਰੀ ਦੇ ਸਟੂਡੈਂਟ ਹੋਣ ਦੇ ਨਾਤੇ ਇਹ ਜਿਹੜੀ ਗੱਲ ਹੈ ਉਹ ਬੜੀ ਕਲੀਅਰ ਕਰਕੇ ਉਹਨੇ ਕਿਹਾ ਵੀ ਆਫਟਨ ਓਵਰਲੁੱਕ ਦਾ ਓਬਵੀਅਸ ਕੰਟੀਨਿਊਟੀਜ਼ ਵਿਦ ਦਾ ਡਿਪਾਰਚਰ ਆਫ ਬ੍ਰਿਟਿਸ਼ ਸਪੀਰੀਅਰਸ ਦਾ ਇੰਡੀਅਨ ਸਿਵਲ ਸਰਵਿਸ ਦਾ ਇੰਡੀਅਨ ਪੁਲਿਸ ਦਾ ਰੇਲਵੇਜ਼ ਐਂਡ ਅਦਰ ਸਿਵਿਲੀਅਨ ਸਰਵਿਸ ਐਂਡ ਦਾ ਇੰਡੀਅਨ ਆਫੀਸਰਸ ਆਫ ਦਾ ਆਰਮਡ ਫੋਰਸਿਸ ਰੈਡੀਲੀ ਸਟੈਪਡ ਇਨ ਟੂ ਦਾ ਸ਼ੂਜ਼ ਆਫ ਦੇਅਰ ਅਸਟਵਾਇਲ ਬ੍ਰਿਟਿਸ਼ ਕੰਪੈਟਰੀਓਟਸ ਐਂਡ ਅਨਾਊਂਸਡ ਦੈਟ ਦੇਅਰ ਨਿਊ ਬੂਟਸ ਫਿਟਡ ਦੈਮ ਵੈਰੀ ਵੈਲ ਉਹਨਾਂ ਨੇ ਕਿਹਾ ਜੀ ਸਿਰਫ ਉਹਨਾਂ ਬੂਟਾਂ 'ਚੋਂ ਗੋਰਿਆਂ ਨੇ ਪੈਰ ਕੱਢੇ ਇਹਨਾਂ ਨੇ ਆਪਣੇ ਪੈਰ ਪਸਾ ਕੇ ਕਿਹਾ ਜੀ ਸਾਨੂੰ ਬਿਲਕੁਲ ਫਿੱਟ ਆਉਂਦੇ ਨੇ ਉਹੀ ਫੌਜ ਦਾ ਸਿਸਟਮ ਬਿਲਕੁਲ ਉਹੀ ਬੈਟਸਮੈਨ ਉਹੀ ਬੈਟਮੈਨ ਉਹਨਾਂ ਦੇ ਕੋਈ ਤਸਮੇ ਬਣ ਰਿਹਾ ਬੂਟਾਂ ਦੇ ਕੋਈ ਦੂਜਾ ਉਹੀ ਫੌਜੀ ਉਹੀ ਝੂਠੇ ਬ੍ਰਿਗੇਡੀਅਰ ਕਰਨਲ ਉਹੀ ਮੈਚ ਜਿੱਤ ਜਿੱਤ ਕੇ ਇੱਥੇ ਮੈਡਲ ਲੰਬੇ ਲਾਏ ਹੋਣਗੇ ਕਿ ਜੀ ਬੜੇ ਅਸੀਂ ਲੜਾਈਆਂ ਲੜੀਆਂ ਕਿਹੜੀਆਂ ਲੜਾਈ ਪੂਰੀ ਫੌਜ ਉਹ ਸਾਰੇ ਹੀ ਉਹ ਸਾਰਾ ਕੁਛ ਜਿਹੜਾ ਬ੍ਰਿਟਿਸ਼ਰਜ਼ ਦਾ ਉਸ ਨੂੰ ਉਹਨਾਂ ਨੇ ਕਾਪੀ ਕੀਤਾ ਔਰ ਮੈਂ ਅੱਗੇ ਨਹੀਂ ਜਾਵਾਂਗਾ ਕਿ ਇਹ ਜਿਹੜਾ ਸਾਰਾ ਹੀ ਵਿਦ ਅ ਡੈਲੀਬਰੇਟ ਕੰਸੀਲਮੈਂਟ ਆਫ ਕੰਟੀਨਿਊਟੀ ਇਨਨਿਊਮਰੇਬਲ ਐਫਰਟਸ ਵਰ ਮੇਡ ਟੂ ਗਿਵ ਦਾ ਸੁਪਰਫੀਸ਼ੀਅਲ ਇੰਪ੍ਰੈਸ਼ਨ ਦੈਟ ਏ ਨਿਊ ਵਰਲਡ ਵਾਜ਼ ਕਾਲਡ ਇਨ ਟੂ ਬੀਇੰਗ ਇਨ 1947 ਇਨ 1950 ਇੰਡੀਆ ਵਾਜ਼ ਡਿਕਲੇਅਰਡ ਏ ਸੋਵਰਨ ਡੈਮੋਕਰੈਟਿਕ ਰਿਪਬਲਿਕ ਵਿਦ ਅ ਨਿਊ ਕਾਂਸਟੀਟਿਊਸ਼ਨ ਔਰ ਇਹ ਉਹਨਾਂ ਨੇ ਦੱਸਿਆ ਕਿ ਜੀ ਨਵਾਂ ਸੰਵਿਧਾਨ ਆਇਆ ਜਿਵੇਂ ਰੈਕੇਜ ਆਫ ਕਲੋਨੀਅਲਿਜ਼ਮ 'ਤੇ ਅਸੀਂ ਖੜਾ ਕੀਤਾ ਉਹਨੇ ਕਿਹਾ ਇਹ ਸਾਰਾ ਫਾਲਸ ਹੈ ਔਰ ਫੈਕਟ ਇਹ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਉਹੀ ਕੰਟੀਨਿਊਟੀ ਹੈ ਔਰ ਇਕੱਲੀ ਇਹੀ ਨਹੀਂ ਕਿ ਉਹਨਾਂ ਦੀਆਂ ਕਾਨੂੰਨ ਨੀਤੀਆਂ ਈਵਨ ਜਿਹੜਾ 1935 ਉਹਨਾਂ ਦਾ ਐਕਟ ਸੀ ਉਹੀ ਕਾਂਸਟੀਟਿਊਸ਼ਨ ਦੇ ਵਿੱਚ ਇਨਕਾਰਪੋਰੇਟ ਕੀਤਾ ਹਾਂ ਇੰਨਾ ਜ਼ਰੂਰ ਹੈ ਕਿ ਸਿੱਖ ਹਿੰਦੂ ਬਣ ਗਏ ਇੰਡੀਅਨ ਕਾਂਸਟੀਟਿਊਸ਼ਨ 'ਚ ਜਿਹੜੇ ਉਹਨਾਂ ਦੇ ਵਿਹੜੇ ਸੈਪਰੇਟ ਇਲੈਕਟੋਰੇਟ ਸੀ ਮੁਸਲਮਾਨਾਂ ਦੇ ਕੁਛ ਲਾਅ ਜਾਰੀ ਰਹੇ ਪਰਸਨਲ ਲਾਅ ਔਰ ਦੂਜੇ ਉਹਨੂੰ ਹੁਣ ਉਹਨਾਂ ਨੂੰ ਉਹਨਾਂ ਨੇ ਹਿੰਦੂ ਬਣਾਉਣਾ ਮਿੱਥਿਆ ਹੋਇਆ ਇਸ ਤੋਂ ਬਿਯੋਂਡ ਇਹ ਜਿਹੜੀ ਹੈ ਇੱਕ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇੱਕ ਗੁਲਾਮੀ 'ਚੋਂ ਦੂਜੇ ਅਤੇ ਇਹ ਜਦੋਂ ਇਹ ਹੈ ਕਿ ਭਾਈ ਇਹ ਫੇਬਲਸ ਜਿਹੜੇ ਨੇ ਚਾਰ ਚੁਫੇਰੇ ਬਣਾਏ ਹੋਏ ਕਨਕੋਕਟਿਡ ਇੱਕ ਕ੍ਰੀਏਟ ਕੀਤਾ ਹੋਇਆ ਇਨਫੈਕਟ ਇਹ ਸਾਰਾ ਫਾਲਸ ਨੈਸ਼ਨਲਿਜ਼ਮ ਹੈ
ਇਹੀ ਰਲੇ ਹੋਏ ਸੀ। ਇਸੇ ਗਾਂਧੀ ਨੇ ਅੰਗਰੇਜ਼ਾਂ ਨੂੰ ਸਰਵ ਕੀਤਾ ਸਾਊਥ ਅਫਰੀਕਾ 'ਚ, 16-17 ਸਾਲ ਸਾਰਜੈਂਟ ਮੇਜਰ ਸੀ ਉਹਨਾਂ ਦਾ, ਇੱਥੇ ਵੀ ਉਹਨਾਂ ਨੇ ਇਹਨੂੰ ਬਿਲਟ ਕਰਕੇ ਰੱਖਿਆ। ਔਰ ਜਿਵੇਂ ਅਸੀਂ ਸਿੰਪਲੀ ਕਹਿੰਦੇ ਹਾਂ ਕਿ ਅੰਗਰੇਜ਼ ਗੋਰੀ ਨਸਲ ਦਾ ਬਾਣੀ ਹੈ, ਜਾਣ ਲੱਗੇ ਤਾਕਤ ਜਿਹੜਾ ਹੈ ਉਹ ਬ੍ਰਾਹਮਣ ਬਾਣੀਆਂ ਦੇ ਕੰਬੀਨੇਸ਼ਨ ਨੂੰ ਦੇ ਗਿਆ, ਔਰ ਅੱਜ ਵੀ ਸਭ ਤੋਂ ਜ਼ਿਆਦਾ ਟ੍ਰੇਡ ਬ੍ਰਿਟਨ ਦੇ ਨਾਲ ਉਹਨਾਂ ਦਾ ਹੈ। ਸੋ ਇਹਨੂੰ ਜਿਵੇਂ ਇਹਨੇ ਕਿਹਾ ਕਿ ਬਿਜ਼ਨਸ ਐਜ਼ ਯੂਜੂਅਲ, ਨਥਿੰਗ ਚੇਂਜ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਹਾਨੂੰ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਅਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV-84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV-84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੋਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV-84 ਦੀ ਚੜ੍ਹਦੀ ਕਲਾ ਲਈ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV-84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV-84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-037 ਲੋਗਾਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।